ਸਤਿ ਸ਼੍ਰੀ ਅਕਾਲ ਜੀ ਨਵੇਂ ਸਾਲ ਦੀ ਸ਼ੁਰੂਆਤ ਤੋਂ ਕੈਨੇਡਾ ਇਮੀਗ੍ਰੇਸ਼ਨ ਪ੍ਰਵਾਸੀਆਂ ਨੂੰ ਕੈਨੇਡਾ ਬੁਲਾਉਣ ਵਾਲੇ ਟੀਚੇ ਵੱਲ ਜੋਰਾਂ ਸ਼ੋਰਾਂ ਨਾਲ ਵਧਦੀ ਹੋਈ ਨਜ਼ਰ ਆ ਰਹੀ ਹੈ ਕੈਨੇਡਾ ਦੇ ਵੱਲੋਂ ਸਾਲ 2020 ਦੇ ਵਿੱਚ ਕੀਤੇ ਗਏ ਐਲਾਨ ਦੇ ਮੁਤਾਬਕ ਕੈਨੇਡਾ ਦੇ ਵੱਲੋਂ ਸਾਲ 2021 ਦੇ ਦੌਰਾਨ 4 ਲੱਖ ਤੋਂ ਵੱਧ ਪ੍ਰਵਾਸੀ ਨੂੰ ਕੈਨੇਡਾ ਵਿੱਚ ਬੁਲਾਉਣ ਦਾ ਟੀਚਾ ਰੱਖਿਆ ਗਿਆ ਸੀ ਜਿਸ ਦੇ ਵਿੱਚ ਕੈਨੇਡਾ ਦੇ ਹਰ ਪ੍ਰੋਵਿੰਸ ਦੇ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਤੌਰ ਉੱਤੇ ਬ੍ਰਿਟਿਸ਼ ਕੋਲੰਬੀਆ ਕਿਊਬਿਕ অন্ਟਾਰੀਓ ਸਸਕਾਚੁਆਨ ਅਲਬਰਟਾ ਪ੍ਰਿੰਸ ਐਡਵਰਡ ਆਈਲੈਂਡ ਸੂਬੇ ਸ਼ਾਮਿਲ ਹਨ ਇਸੇ ਲੜੀ ਨੂੰ ਅੱਗੇ ਤੋਰਦਿਆਂ ਕੈਨੇਡਾ ਦੇ ਇੱਕ ਹੋਰ ਸੂਬੇ ਦੇ ਵੱਲੋਂ ਇਮੀਗ੍ਰੇਸ਼ਨ ਡਰਾ ਕੱਢਿਆ ਗਿਆ ਹੈ ਤੇ ਜਿਸ ਸੂਬੇ ਦੇ ਵੱਲੋਂ ਇਹ ਇਮੀਗ੍ਰੇਸ਼ਨ ਡਰਾ ਕੱਢਿਆ ਗਿਆ ਹੈ ਉਸ ਸੂਬੇ ਦਾ ਨਾਮ ਹੈ ਕਿਊਬਿਕ 3 ਮਾਰਚ 2021 ਨੂੰ ਕੈਨੇਡਾ ਦੇ ਸੂਬੇ ਕਿਊਬਿਕ ਵੱਲੋਂ ਕੱਢੇ ਗਏ ਨਵੇਂ ਡਰਾ ਦੇ ਵਿੱਚ 208 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਯਾਨੀ ਕਿ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਏ ਕਿਊਬਿਕ ਦੇ ਵੱਲੋਂ ਇਸ ਸਾਲ ਦਾ ਯਾਨਕੀ ਸਾਲ 2021 ਦਾ ਦੂਸਰਾ ਡਰਾ ਹੈ ਪਹਿਲਾ ਡਰਾ 26 ਜਨਵਰੀ ਨੂੰ ਕੱਢਿਆ ਗਿਆ ਸੀ ਜਿਸ ਵਿੱਚ 95 ਉਮੀਦਵਾਰਾਂ ਨੂੰ ਸੱਦੇ ਭੇਜੇ ਗਏ ਸਨ ਇਥੇ ਦੱਸ ਦਈਏਗੀ ਇਹ ਇਨਵੀਟੇਸ਼ਨ ਹੈ ਉਹਨਾਂ ਕੈਂਡੀਡੇਟਸ ਨੂੰ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੇ ਕਯੂਬਿਕ ਦੇ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ ਜਿਸ ਦਾ ਨਾਮ ਅਰੀਮਾ ਹੈ ਉਸ ਆਨਲਾਈਨ ਪੋਰਟਲ ਉੱਤੇ ਐਕਸਪ੍ਰੈਸ਼ਨ ਆਫ ਇੰਟਰਸਟ ਜਿਸ ਨੂੰ ਈਓਆਈ ਵੀ ਕਿਹਾ ਜਾਂਦਾ ਹੈ ਉਸ ਨੂੰ ਸਬਮਿਟ ਕੀਤਾ ਹੋਇਆ ਸੀ ਅਤੇ ਇਹ ਇਨਵੀਟੇਸ਼ਨ ਜਿਨ੍ਹਾਂ ਨੂੰ ਮਿਲੇ ਹਨ ਉਹਨਾਂ ਲਈ ਕੀ ਕ੍ਰਾਈਟੇਰੀਆ ਕਯੂਬਿਕ ਦੇ ਵੱਲੋਂ ਰੱਖਿਆ ਗਿਆ ਹੈ ਉਹ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਕਯੂਬਿਕ ਵੱਲੋਂ ਕੱਢੇ ਗਏ ਇਸ ਅਰੀਮਾ ਡਰਾ ਦੇ ਵਿੱਚ 208 ਆਈਟੀਏ ਜਾਰੀ ਕੀਤੇ ਗਏ ਨੇ ਕਿਹੜਾ ਤੇ ਦੇਸ਼ ਦੁਨੀਆ ਨਾਲ ਜੁੜੀਆਂ ਹੋਰ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵੀਰ ਰਿਪੋਰਟ ਖਬਰ ਪੰਜਾਬੀ